ਬਠਿੰਡਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਕਾਰ ਸਵਾਰ 3 ਤਸਕਰਾਂ ਨੂੰ 10 ਕਿਲੋ ਅਫੀਮ ਸਣੇ ਕਾਬੂ ਕੀਤਾ। ਜਾਣਕਾਰੀ ਮੁਤਾਬਿਕ ਇਹ ਤਸਕਰ ਲੰਮੇ ਸਮੇਂ ਤੋਂ ਨਸ਼ਾ ਸਪਲਾਈ ਦਾ ਕਾਰੋਬਾਰ ਕਰਦੇ ਆ ਰਹੇ ਸੀ, ਜਿਨ੍ਹਾਂ ਨੂੰ ਪੁਲਿਸ ਨੇ 1 ਦਿਨ ਦੇ ਰਿਮਾਂਡ ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਬਠਿੰਡਾ ਏਰੀਆ ਦੇ ਹਦਾਇਤਾਂ ਮੁਤਾਬਕ ਬਠਿੰਡਾ ਜ਼ਿਲ੍ਹੇ ਵਿੱਚ ਨਸ਼ੇ ਦੇ ਫੜਨ ਸੰਬੰਧੀ ਮੁਹਿੰਮ ਚੱਲ ਰਹੀ ਹੈ। ਜਿਸ ਸੰਬੰਧੀ DSP ਡੀ ਸਾਹਿਬ ਦੀ ਨਿਗਰਾਨੀ ਹੇਠ ਤੇਜਿੰਦਰ ਸਿੰਘ ਇੰਚਾਰਜ CAA 2 ਅਤੇ ਟੀਮ ਦੇ ਸਾਥ ਰਾਮਪੁਰਾ ਸਕੂਲ ਵਿਖੇ ਇਹਨਾਂ ਨੇ 3 ਬੰਦਿਆਂ ਨੂੰ ਰਾਊਂਡ ਅਪ ਕੀਤਾ, ਜਿਨ੍ਹਾਂ ਤੋਂ 10 ਕਿਲੋ ਅਫੀਮ ਬਰਾਮਦ ਕੀਤੀ। ਇਹ ਰਾਜਸਥਾਨ ਤੋਂ ਲਿਆਉਂਦੇ ਸੀ ਭੀਲਵਾੜਾ ਤੋਂ, ਔਰ ਇਹਨਾਂ ਦਾ ਮੋਡਸ ਅਪਰੈਂਡੀ ਸੀ ਜਿਹੜਾ ਇਹ ਕੁਲਫੀਆਂ ਦਾ ਕੰਮ ਕਰਦੇ ਨੇ, ਆਈਸਕ੍ਰੀਮ ਦਾ ਕੰਮ ਕਰਦੇ ਨੇ, ਰੇਹੜੀਆਂ ਲਾਉਂਦੇ ਨੇ। ਅਤੇ ਜਿਹੜੇ ਵੀ ਡੱਕੇ ਵਗੈਰਾ ਉਹਦੇ ਯੂਜ਼ ਹੁੰਦੇ ਨੇ ਜਾਂ ਚੈਰੀ ਵਗੈਰਾ ਯੂਜ਼ ਹੁੰਦੀ ਆ, ਉਹ ਸਮਾਨ ਦੇ ਵਿੱਚ ਲੁਕੋ ਕੇ ਇਹ ਬਾਈਪਾਸ ਉਹਦੇ ਉੱਪਰ ਜਾਂ ਸਮਾਨ ਰੱਖਣ ਦੀ ਜਗ੍ਹਾ 'ਤੇ ਰੱਖ ਕੇ ਲਿਆਉਂਦੇ ਸੀ। ਹਾਂ, ਰਿਮਾਂਡ ਲਿਆ ਉਹਦਾ 1 ਦਿਨ ਦਾ ਰਿਮਾਂਡ ਲਿਆ। ਅਮਨਦੀਪ ਸਿੰਘ ਹੈ ਅਤੇ ਜਸਵਿੰਦਰ ਸਿੰਘ। ਅਮਨਦੀਪ ਸਿੰਘ ਹੈਗਾ ਚੌਂਕੇ ਦਾ, ਜਸਵਿੰਦਰ ਹੈਗਾ ਰਾਮਪੁਰਾ ਫੂਲ ਦਾ ਹੀ ਆ, ਰਾਮਪੁਰਾ ਮੰਡੀ ਦਾ, ਅਤੇ ਮੁਕੇਸ਼ ਜਿਹੜਾ ਹੈਗਾ ਰਾਜਸਥਾਨ ਦਾ ਭੀਲਵਾੜਾ। ਇਹਦੇ ਭਰਾ ਤੇ ਹੈਗਾ ਪ੍ਰਦੀਪ ਤੇ ਭੁੱਕੀ ਦਾ ਹੈਗਾ 3.5 ਕੁਇੰਟਲ ਭੁੱਕੀ ਦਾ ਰਾਜਸਥਾਨੀ, ਅਤੇ ਇਹਦੇ ਅਮਨਦੀਪ ਤੇ ਵੀ ਹੈਗਾ 23 ਕਿਲੋ ਦਾ, ਪਰ 2016 ਦਾ ਹੈਗਾ, ਡੱਬ ਵਾਲੀ ਹੋਇਆ ਸੀ ਇੱਥੇ 23 ਕਿਲੋ ਭੁੱਕੀ ਦਾ। ਇਹ ਫਿਲਹਾਲ ਤਾਂ ਇਹ 2 ਬੰਦੇ ਨੇ ਜਿਹੜੇ ਇਹਨਾਂ ਵਾਸਤੇ ਸਪੈਸ਼ਲੀ ਲਿਆਇਆ ਸੀ, ਇਹ ਅੱਗੇ ਇਹ ਥੋੜ੍ਹੀ ਥੋੜ੍ਹੀ ਕਰਕੇ ਵੇਚਦੇ ਆ। 3-4 ਸਾਲ ਤੋਂ ਤਾਂ ਰਹਿ ਰਿਹਾ ਇੱਥੇ ਜਿਹੜਾ ਗੁਲਫੀਆਂ ਦਾ ਕੰਮ ਕਰ ਰਿਹਾ ਮੁਕੇਸ਼ ਜਾਟ, ਅਤੇ ਇਹ ਬੰਦੇ ਪਹਿਲਾਂ ਤੋਂ ਕੰਮ ਕਰ ਰਹੇ ਨੇ, ਜਿਵੇਂ 16 'ਚ ਅਤੇ ਪਰਚਾ ਦਰਜ ਹੈਗਾ 23 ਕਿਲੋ ਭੁੱਕੀ ਦਾ ਡੱਬ ਵਾਲੀ, ਅਤੇ ਇਹ ਕਾਫੀ ਦੇਰ ਦੇ ਕੰਮ ਕਰ ਰਹੇ ਨੇ। ਜਿਹੜਾ ਬੱਸਿਸ ਵਗੈਰਾ ਦੇ ਉੱਪਰ ਜਾਂ ਜਿਹੜਾ ਸਮਾਨ ਰੱਖਣ ਦੀ ਜਗ੍ਹਾ, ਇਹਨਾਂ ਦੀ ਮੋਡਸ ਅਪਰੈਂਡੀ ਆ ਵੀ ਉਹ ਕੁਲਫੀਆਂ ਦੇ ਵਿੱਚ ਨੂੰ ਜਿਵੇਂ ਡੱਕੇ ਵਗੈਰਾ ਹੁੰਦੇ ਨੇ ਜਿਹੜੇ ਯੂਜ਼ ਹੁੰਦੇ ਨੇ ਕੁਲਫੀ 'ਚ, ਉਹਨਾਂ ਦੇ ਵਿੱਚ ਲੁਕਾ ਕੇ ਲਿਆਉਂਦੇ। ਹਾਂ, ਇਨਫੋਰਮੇਸ਼ਨ ਦੇ ਆਧਾਰ 'ਤੇ ਇਹ ਰਾਮਪੁਰਾ। ਇਹਦੀ ਕੀਮਤ ਤੁਸੀਂ ਲਾ ਲਓ ਵੀ 1.5 ਲੱਖ ਦੇ ਹਿਸਾਬ ਨਾਲ ਵੇਚਦੇ ਸੀ ਇਹ।